ਤਾਂ ਹਾਂਜੀ ਭਾਰ ਵਧਣ ਦਾ ਕੀ ਕਾਰਨ ਆ? ਇਹਦੇ ਬਾਰੇ ਦੱਸੋ, ਕਿਉਂ ਕਿਉਂ ਵੱਧ ਜਾਂਦਾ ਭਾਰ? ਖਾਂਦੇ ਤਾਂ ਉਨਾ ਹੀ ਆਪਾਂ। ਪਹਿਲੇ ਹੁੰਦਾ ਸੀ ਕਿ ਅਸੀਂ ਜ਼ਿਆਦਾ ਖਾਈਏ ਤਾਂ ਭਾਰ ਵੱਧਦਾ ਹੈ, ਪਰ ਅੱਜ ਕੱਲ੍ਹ ਨਹੀਂ, ਉਹ ਗੱਲ ਨਹੀਂ ਹੁੰਦੀ, ਕਿਉਂਕਿ ਤੁਹਾਡੀ ਬਾਡੀ 'ਚ ਕੋਈ ਨਾ ਕੋਈ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ, ਫਿਰ ਭਾਰ ਵੱਧਦਾ ਹੈ। ਜਿੱਦਾਂ ਬਲੋਟਿੰਗ ਹੋ ਜਾਂਦੀ ਹੈ, ਹਾਂ ਬਲੋਟਿੰਗ ਬਹੁਤ ਹੁੰਦੀ ਹੈ। ਬਲੋਟਿੰਗ ਜਿਹੜਾ ਹੁੰਦਾ ਨਾ, ਉਹਦਾ ਮਤਲਬ ਹੈ ਕਿ ਜਿਹੜਾ ਤੁਸੀਂ ਖਾਣਾ ਖਾਂਦੇ ਪਏ ਹੋ ਉਹ ਤੁਹਾਡੀ ਬਾਡੀ ਦੇ ਨਾਲ ਮੈਚ ਨਹੀਂ ਕਰਦਾ ਪਿਆ। ਮੈਂ ਦੋ ਚੀਜ਼ਾਂ ਬੜੀਆਂ ਦੇਖੀਆਂ, ਭਾਰ ਜਾਂ ਵੱਧਦਾ, ਦੋ ਚੀਜ਼ਾਂ ਦੇਖੀਆਂ। ਇੱਕ ਤਾਂ ਕੌਨਸਟੀਪੇਸ਼ਨ ਰਹਿੰਦੀ ਹੈ, ਦੂਸਰਾ ਹੁੰਦਾ ਕਿ ਆਕਸੀਜਨ ਜਿਹੜੀ ਘੱਟ, ਜੇ ਸਾਹ ਲੈਣਾ ਸੀ ਸਾਹ ਪ੍ਰੋਪਰ ਨਹੀਂ ਲੈਂਦੇ। ਕਈਆਂ ਜਿੱਦਾਂ ਸਨੋਰਿੰਗ ਹੁੰਦੀ ਹੈ, ਘਰਾੜੇ ਆਉਂਦੇ ਨੇ, ਅਤੇ ਇਹ ਵੀ ਬਹੁਤ ਹੁੰਦਾ ਮਤਲਬ ਵੇਟ ਵਧਣੇ ਦਾ। ਕਈਆਂ ਦਾ ਲੀਵਰ ਫੈਟੀ ਹੁੰਦਾ, ਜਿਸ ਤਰ੍ਹਾਂ ਮੇਰਾ ਆਪਣਾ ਪਰਸਨਲੀ ਮੇਰਾ ਲੱਗਿਆ ਸੀ, ਮੈਨੂੰ ਲੱਗਦਾ ਸੀ ਕਿ ਉਹ ਮੇਰਾ ਲੀਵਰ ਜਿਹੜਾ ਫੈਟੀ ਹੁੰਦਾ ਪਿਆ, ਨਾਟ ਐਡਵਾਂਸ ਸਟੇਜਿਸ ਪਰ ਅਰਲੀਅਰ ਸਟੇਜਿਸ ਹੈ। ਉਹਦੇ ਨਾਲ ਮੈਂ ਦੇਖਿਆ ਕਿ ਮੇਰੇ ਬਾਡੀ ਦਾ ਜਿਹੜਾ ਸਿਸਟਮ ਹੈ ਉਹ ਥੋੜ੍ਹਾ ਜਿਹਾ ਹੁੰਦਾ ਕਿ ਡਾਈਜੈਸਟ ਨਹੀਂ ਪ੍ਰੋਪਰ ਫੂਡ ਹੁੰਦਾ, ਅਤੇ ਫਿਰ ਤੁਹਾਡੇ ਅਨਨੈਸੈਸਰੀ ਤੁਹਾਡਾ ਵੇਟ ਵਧਣਾ ਸ਼ੁਰੂ ਹੋ ਜਾਂਦਾ। ਵੇਟ ਘਟਾਉਣ ਦਾ ਸਭ ਤੋਂ ਆਸਾਨ ਤਰੀਕਾ ਕਿ ਪਹਿਲੇ ਆਪਣੀ ਡਾਈਜੈਸ਼ਨ ਨੂੰ ਇੰਪਰੂਵ ਕਰੋ। ਹਾਂਜੀ, ਬਲੋਟਿੰਗ ਘਟੇ, ਗੈਸ ਘਟੇ, ਤੁਹਾਡੀ ਕੌਨਸਟੀਪੇਸ਼ਨ ਨਾ ਹੋਏ, ਔਰ ਫਿਰ ਤੁਹਾਨੂੰ ਜਿਹੜੇ ਡਕਾਰ ਵਗੈਰਾ ਆਉਂਦੇ ਨੇ ਉਹ ਠੀਕ ਹੋਏ। ਦੋ ਚੀਜ਼ਾਂ ਵੀ ਤੁਸੀਂ ਮਤਲਬ ਆਪਣੀ ਚੇਂਜ ਕਰ ਲਓ ਨਾ, ਇੱਕ ਤਾਂ ਡੇਅਰੀ ਪ੍ਰੋਡਕਟਸ ਤੁਸੀਂ ਘੱਟ ਕਰ ਲਓ, ਦੂਸਰਾ ਸ਼ੂਗਰ ਘੱਟ ਕਰ ਲਓ, ਅਤੇ ਕਾਫੀ ਚੀਜ਼ਾਂ ਤੁਹਾਡੇ ਕੰਟਰੋਲ ਹੋ ਜਾਂਦੀ ਆ। ਵਕਤ ਫੋਰ ਯੂ 'ਚ ਡਾਕਟਰ ਨਿਸ਼ਾ ਜੀ ਦਾ ਸਵਾਗਤ ਕਰਦੇ ਹਾਂ। ਡਾਕਟਰ ਨਿਸ਼ਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਪ੍ਰੋਗਰਾਮ 'ਚ। ਥੈਂਕ ਯੂ ਜੈਸ ਜੀ, ਔਰ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਕਦੇ ਕਦੇ ਜਿਹੜੇ ਦਰਸ਼ਨ ਦਿੰਦੇ ਹੋ, ਸੋ ਉਹ ਜਿਹੜੇ ਦਰਸ਼ਨ ਆ ਸਾਡੇ ਲਈ ਬਹੁਤ ਮਾਇਨੇ ਰੱਖਦੇ ਆ। ਸੋ ਅੱਜ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਭਾਰ ਬਹੁਤ ਘਟਾ ਕੇ ਆ ਜਾਂਦੇ ਹੋ, ਹਰ ਵਾਰ ਜਦੋਂ ਮੇਰੇ ਕੋਲ ਆ ਰਹੇ ਹੋ, ਤਾਂ ਭਾਰ ਵਧਣ ਦਾ ਕੀ ਕਾਰਨ ਆ? ਇਹਦੇ ਬਾਰੇ ਦੱਸੋ, ਕਿਉਂ ਕਿਉਂ ਵੱਧ ਜਾਂਦਾ ਭਾਰ? ਖਾਂਦੇ ਤਾਂ ਉਨਾ ਹੀ ਆਪਾਂ। ਹਾਂਜੀ ਹਾਂਜੀ, ਉਹ ਐਕਚੁਅਲੀ ਪਤਾ ਕਿ ਪਹਿਲੇ ਹੁੰਦਾ ਸੀ ਕਿ ਅਸੀਂ ਜ਼ਿਆਦਾ ਖਾਈਏ ਤਾਂ ਭਾਰ ਵੱਧਦਾ ਹੈ, ਪਰ ਅੱਜ ਕੱਲ੍ਹ ਨਹੀਂ, ਉਹ ਗੱਲ ਨਹੀਂ ਹੁੰਦੀ, ਕਿਉਂਕਿ ਤੁਹਾਡੀ ਬਾਡੀ 'ਚ ਕੋਈ ਨਾ ਕੋਈ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ, ਫਿਰ ਭਾਰ ਵੱਧਦਾ ਹੈ। ਜਿੱਦਾਂ ਮੈਂ ਕਹਾਂ ਕਿ ਕਈ ਵਾਰੀ ਅਸੀਂ ਜਿੱਦਾਂ ਬਲੋਟਿੰਗ ਹੋ ਜਾਂਦੀ ਹੈ, ਬਲੋਟਿੰਗ ਬਹੁਤ ਹੁੰਦੀ ਹੈ। ਬਲੋਟਿੰਗ ਜਿਹੜਾ ਹੁੰਦਾ ਨਾ, ਉਹਦਾ ਮਤਲਬ ਹੈ ਕਿ ਜਿਹੜਾ ਤੁਸੀਂ ਖਾਣਾ ਖਾਂਦੇ ਪਏ ਹੋ ਉਹ ਤੁਹਾਡੀ ਬਾਡੀ ਦੇ ਨਾਲ ਮੈਚ ਨਹੀਂ ਕਰਦਾ ਪਿਆ। ਔਰ ਅੱਜ ਕੱਲ੍ਹ ਦਾ ਟਾਈਮ ਜਿੱਥੇ ਕਾਫੀ ਸਾਰੇ ਲੋਕ ਕਦੇ ਪਾਰਟੀਜ਼ ਹੁੰਦੀ ਪਈਆਂ, ਕਦੀ ਕੁਛ ਇਵੈਂਟ ਹੁੰਦੇ ਪਏ ਹੈ ਨਾ, ਔਰ ਵਿੰਟਰ ਸਮਰ ਵਿੱਚ ਜ਼ਿਆਦਾ ਹੀ ਹੁੰਦੇ ਨੇ, ਸੋ ਇਸ ਕਰਕੇ ਅਸੀਂ ਜਿਹੜਾ ਹੈ ਖਾਣਾ ਜਿਹੜਾ ਡਾਈਜੈਸਟ ਪ੍ਰੋਪਰ ਨਹੀਂ ਹੁੰਦਾ। ਦੂਜਾ ਹੈ ਕਿ ਕਾਫੀ ਸਾਰੇ ਲੋਕਾਂ ਨੂੰ ਕੌਨਸਟੀਪੇਸ਼ਨ ਰਹਿੰਦੀ ਹੈ। ਮੈਂ ਦੋ ਚੀਜ਼ਾਂ ਬੜੀਆਂ ਦੇਖੀਆਂ, ਭਾਰ ਜਾਂ ਵੱਧਦਾ, ਦੋ ਚੀਜ਼ਾਂ ਦੇਖੀਆਂ। ਇੱਕ ਤਾਂ ਕੌਨਸਟੀਪੇਸ਼ਨ ਰਹਿੰਦੀ ਹੈ, ਦੂਸਰਾ ਹੁੰਦਾ ਕਿ ਆਕਸੀਜਨ ਜਿਹੜੀ ਘੱਟ, ਜੇ ਸਾਹ ਲੈਣੇ ਆ ਅਸੀਂ ਸਾਹ ਪ੍ਰੋਪਰ ਨਹੀਂ ਲੈਂਦੇ, ਮੋਸਟਲੀ ਅਸੀਂ ਸ਼ੈਲੋ ਸਾਹ ਲੈਂਦੇ ਹਾਂ ਕਿ ਉੱਪਰੋਂ ਲੈਂਦੇ ਹਾਂ, ਅਤੇ ਕਈਆਂ ਜਿੱਦਾਂ ਸਨੋਰਿੰਗ ਹੁੰਦੀ ਹੈ, ਘਰਾੜੇ ਆਉਂਦੇ ਨੇ, ਅਤੇ ਇਹ ਵੀ ਬਹੁਤ ਹੁੰਦਾ ਮਤਲਬ ਵੇਟ ਵਧਣੇ ਦਾ। ਕਈਆਂ ਦਾ ਲੀਵਰ ਫੈਟੀ ਹੁੰਦਾ, ਜਿਸ ਤਰ੍ਹਾਂ ਮੇਰਾ ਆਪਣਾ ਪਰਸਨਲੀ ਮੇਰਾ ਲੱਗਿਆ ਸੀ, ਮੈਨੂੰ ਲੱਗਦਾ ਸੀ ਕਿ ਉਹ ਮੇਰਾ ਲੀਵਰ ਜਿਹੜਾ ਫੈਟੀ ਹੁੰਦਾ ਪਿਆ, ਨਾਟ ਐਡਵਾਂਸ ਸਟੇਜਿਸ ਪਰ ਅਰਲੀਅਰ ਸਟੇਜਿਸ ਹੈ। ਉਹਦੇ ਨਾਲ ਮੈਂ ਦੇਖਿਆ ਕਿ ਮੇਰੇ ਬਾਡੀ ਦਾ ਜਿਹੜਾ ਸਿਸਟਮ ਹੈ ਉਹ ਥੋੜ੍ਹਾ ਜਿਹਾ ਹੁੰਦਾ ਕਿ ਡਾਈਜੈਸਟ ਨਹੀਂ ਪ੍ਰੋਪਰ ਫੂਡ ਹੁੰਦਾ, ਅਤੇ ਫਿਰ ਤੁਹਾਡੇ ਅਨਨੈਸੈਸਰੀ ਤੁਹਾਡਾ ਵੇਟ ਵਧਣਾ ਸ਼ੁਰੂ ਹੋ ਜਾਂਦਾ। ਫਿਰ ਮੈਂ ਜਿਸ ਤਰ੍ਹਾਂ ਹੁਣ ਆਪਣੇ ਤਰੀਕੇ ਤੋਂ ਵੇਟ ਘਟਾਉਣ ਦਾ ਸਭ ਤੋਂ ਆਸਾਨ ਤਰੀਕਾ ਕਿ ਪਹਿਲੇ ਆਪਣੀ ਡਾਈਜੈਸ਼ਨ ਨੂੰ ਇੰਪਰੂਵ ਕਰੋ, ਬਲੋਟਿੰਗ ਘਟੇ, ਗੈਸ ਘਟੇ, ਤੁਹਾਡੀ ਕੌਨਸਟੀਪੇਸ਼ਨ ਨਾ ਹੋਏ, ਔਰ ਫਿਰ ਤੁਹਾਨੂੰ ਜਿਹੜੇ ਡਕਾਰ ਵਗੈਰਾ ਆਉਂਦੇ ਨੇ ਉਹ ਠੀਕ ਹੋਏ। ਪਰ ਸਭ ਤੋਂ ਪਹਿਲੇ ਇੰਪੋਰਟੈਂਟ ਹੈ ਕਿ ਆਪਣਾ ਖਾਣਾ ਕਰੈਕਟ ਕਰੀਏ, ਉਹ ਬਹੁਤ ਜ਼ਰੂਰੀ ਹੈ। ਸੋ ਖਾਣਾ ਕਰੈਕਟ ਕਰਨ ਦੇ ਲਈ ਤੁਹਾਨੂੰ ਚੈੱਕ ਕਰਾਉਣਾ ਪੈਣਾ। ਬਿਲਕੁਲ ਬਿਲਕੁਲ, ਜਿੱਦਾਂ ਤੁਸੀਂ ਫੋਲੋ ਕਰਦੇ, ਜਿਹੜਾ ਤੁਸੀਂ ਟੈਸਟ ਕਰਵਾਏ ਸੀ ਆਪਣੇ, ਉਹ ਪਤਾ ਕੀ ਆ, ਉਹ ਬਹੁਤ ਜ਼ਿਆਦਾ ਵੱਡੀ ਲਿਸਟ ਆ ਡਾਕਟਰ ਨਿਸ਼ਾ ਜੀ, ਤੇ ਉਹਦੇ 'ਚ ਜੋ ਲਿਸਟ ਦੇਖੀ ਦੀ ਆ
ਤੇ ਜੋ ਕੁਛ ਅਸੀਂ ਰੋਜ਼ ਖਾਂਦੇ ਆ ਉਹਦੇ ਸਾਰਾ ਕੁਛ ਉਹਨੂੰ ਬਣਦਾ, ਤੇ ਜਦੋਂ ਸਾਰਾ ਕੁਛ ਬਣਦਾ ਤੇ ਤੁਸੀਂ ਖਾਓ ਕੀ? ਏਦਾਂ ਹੀ ਹੁੰਦਾ ਕਿਉਂਕਿ ਜਿਹੜਾ ਅਸੀਂ ਖਾਂਦੇ ਆ ਨਾ, ਖਾਸ ਕਰ ਜਿਹੜੇ ਇੰਡੀਅਨ ਅਸੀਂ ਆ, ਕਿਉਂਕਿ ਅਸੀਂ ਇੰਡੀਆ ਦੇ ਹਿਸਾਬ ਨਾਲ ਖਾਂਦੇ ਹਾਂ ਇੱਥੇ ਉਹੀ ਚੀਜ਼ਾਂ। ਹੁਣ ਜੇ ਤੁਸੀਂ, ਮੈਂ ਦੇਖਿਆ ਕਿ ਆਪਣੇ ਲੋਕੀ ਘਿਓ ਦਾ ਬੜਾ ਯੂਜ਼ ਕਰਦੇ ਨੇ, ਘਿਓ ਦਾ ਯੂਜ਼ ਕਰਦੇ ਨੇ, ਜਾਂ ਫਿਰ ਦੁੱਧ ਦਹੀਂ ਡੇਅਰੀ ਪ੍ਰੋਡਕਟਸ ਬਹੁਤ ਕਰਦੇ ਨੇ। ਔਰ ਜਿਹੜੀ ਕਣਕ, ਜਿਹੜੀ ਇੰਡੀਆ ਦੀ ਕਣਕ ਡਿਫਰੈਂਟ ਹੈ, ਇੱਥੋਂ ਦੀ ਕਣਕ ਡਿਫਰੈਂਟ ਹੈ। ਸੋ ਅਗਰ ਅਸੀਂ ਉਹੋ ਜਿਹੀ ਚੀਜ਼ਾਂ ਐਡ ਆਨ ਕਰਦੇ ਰਹਾਂਗੇ, ਦੋ ਚੀਜ਼ਾਂ ਵੀ ਤੁਸੀਂ ਮਤਲਬ ਆਪਣੀ ਚੇਂਜ ਕਰ ਲਓ ਨਾ, ਇੱਕ ਤਾਂ ਡੇਅਰੀ ਪ੍ਰੋਡਕਟਸ ਤੁਸੀਂ ਘੱਟ ਕਰ ਲਓ, ਦੂਸਰਾ ਸ਼ੂਗਰ ਘੱਟ ਕਰ ਲਓ, ਤੇ ਕਾਫੀ ਚੀਜ਼ਾਂ ਤੁਹਾਡੇ ਕੰਟਰੋਲ ਹੋ ਜਾਂਦੀ ਆ। ਤੇ ਜਿਹੜੀ ਅਸੀਂ ਪਾਰਟੀ ਦੀ ਗੱਲ ਕੀਤੀ, ਉਹ ਕਦੀ ਕਿਤੇ ਹੋਏ ਪਾਰਟੀ ਤੁਸੀਂ ਇਹ ਦੱਸੋ ਵੀ ਜਿਹੜਾ ਤੁਸੀਂ ਕਹਿ ਤਾ ਸ਼ੂਗਰ ਆ, ਉਹ ਵੀ ਛੱਡਣੀ ਬਹੁਤ ਔਖੀ ਆ। ਚਾਹ ਲੋਕ ਵਿੱਕੀ ਵੀ ਲੈਂਦੇ ਆ। ਹੁਣ ਅੱਜ ਮੈਨੂੰ ਸ਼ਾਮੀ ਜਦੋਂ ਤੁਹਾਨੂੰ ਤੁਸੀਂ ਆਉਣਾ ਸੀ, ਮੈਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਕਿ ਮੈਨੂੰ ਕੁਛ ਨਹੀਂ ਸੀ ਖਾਣ ਨੂੰ ਲੱਭਦਾ। ਉਹ ਵਿਆਹ ਵਾਲਿਆਂ ਦੇ ਘਰੋਂ ਮਠਿਆਈ ਆਇਓ ਸੀ, ਮੈਂ ਲੱਡੂ ਚੱਕਿਆ, ਲੱਡੂ ਖਾਂਦਾ, ਇੰਨਾ ਸਵਾਦ ਲੱਗਿਆ, ਲੱਡੂ ਖਾ ਕੇ ਆਈ ਆ ਹੁਣ। ਤੁਸੀਂ ਦੇਖੋ, ਮੈਂ ਸਵੇਰੇ ਦਾ ਲਈ ਕੁਛ ਨਹੀਂ ਖਾਧਾ, ਸਵੇਰੇ ਮੈਂ ਥੋੜਾ ਜਿਹਾ ਫਰੂਟ ਖਾਧਾ ਸੀ, ਥੋੜੀ ਜਿਹਾ ਪ੍ਰੋਟੀਨ ਸ਼ੇਕ ਲਿਆ, ਤੇ ਥੋੜੀ ਜਿਹਾ ਫਰੂਟ ਖਾਧਾ, ਬਲੂਬੈਰੀਜ਼ ਖਾਧੀਆਂ ਸੀ ਸਿਰਫ। ਉਹਦੇ ਬਾਅਦ ਹੁਣ ਤੱਕ, ਕਿਉਂਕਿ ਹੁਣ ਮੈਂ ਸੋਚਿਆ ਸੀ ਖਾਣਾ ਖਾਂਗੇ, ਤੁਸੀਂ ਇਨਵਾਈਟ ਕਰ ਲਿਆ ਕਿ ਤੁਸੀਂ ਆ ਜਾਓ, ਤਾਂ ਲਈ ਮੈਂ ਕੁਛ ਨਹੀਂ ਖਾਧੇ ਦਾ। ਸੋ ਇੰਨਾ ਮਤਲਬ ਫਾਸਟਿੰਗ ਹੋ ਗਈ ਸਾਡੀ। ਸੋ ਇੰਟਰਮੀਡੀਏਟ ਫਾਸਟਿੰਗ ਹੁੰਦੀ ਕਿ ਵਿੱਚ ਤੁਸੀਂ ਲੰਬੇ ਟਾਈਮ ਲਈ ਕੁਛ ਨਹੀਂ ਖਾਓ। ਜੇ ਕਦੀ ਤੁਸੀਂ ਪਾਰਟੀਸ ਅਟੈਂਡ ਕਰਦੇ ਹੋ, ਕੁਛ ਕਰਦੇ ਹੋ, ਤੇ ਕੋਸ਼ਿਸ਼ ਕਰੋ ਕਿ ਪਹਿਲੇ ਤੁਸੀਂ ਦਾਲ ਵਗੈਰਾ ਖਾ ਲਓ, ਲੱਡੂ ਨਹੀਂ ਖਾਣ, ਲੱਡੂ ਇੱਕਦਮ ਫਿਰ ਤੁਹਾਡੀ ਸ਼ੂਗਰ ਇਨਸੁਲਿਨ ਅਪ ਹੋ ਜਾਂਦੀ ਹੈ, ਇੱਕਦਮ ਹੋ ਗਈ ਆ। ਡਾਇਬੀਟੀਜ਼ ਵਾਲੇ ਪਾਸੇ ਭਾਰ ਘਟਾਉਣਾ ਬਹੁਤ ਔਖਾ ਹੋ ਜਾਂਦਾ, ਕਿਉਂਕਿ ਇਨਸੁਲਿਨ ਤੁਹਾਡੀ ਕੰਮ ਨਹੀਂ ਕਰਦੀ। ਇਨਸੁਲਿਨ ਇੱਕ ਹਾਰਮੋਨ ਹੈ, ਉਹ ਵੀ ਤੁਹਾਡੀ ਬਾਡੀ 'ਚ ਫਲੱਫੀਨੈਸ, ਜਾਂ ਕਹੀਏ ਨਾ ਚੱਬੀ ਫੇਸ ਮੋਟਾ ਹੋ ਜਾਂਦਾ, ਡਬਲ ਚਿੰਨ ਹੋ ਜਾਂਦੀ, ਇਹੋ ਜਾਂਦਾ। ਸੋ ਇੱਕ ਤਾਂ ਹੈ ਕਿ ਥੋੜ੍ਹਾ ਜਿਹਾ ਕੰਟਰੋਲ ਤਾਂ ਕਰਨਾ ਪੈਂਦਾ, ਵੀ ਹੈਵ ਟੂ ਰਿਸਪੈਕਟ ਅਵਰ ਬਾਡੀ, ਹੈ ਨਾ। ਅਤੇ ਜਿਹੜੀ ਤੁਸੀਂ ਟੈਸਟਿੰਗ ਦੀ ਗੱਲ ਕੀਤੀ ਹੈ, ਟੈਸਟਿੰਗ ਵਿੱਚ ਜਿਹੜੀ ਵੀ ਇਨਫੋਰਮੇਸ਼ਨ ਹੈ, ਉਹਦਾ ਇਹ ਹੈ ਕਿ ਤੁਸੀਂ ਥੋੜ੍ਹਾ ਆਪਣੀ ਲਾਈਫ ਸਟਾਈਲ ਬਣਾਉਣਾ ਪੈਂਦਾ, ਇੱਕ ਲਿਸਟ ਬਣਾ ਕੇ ਕਿ ਮੇਜਰ ਚੀਜ਼ਾਂ, ਦੋ ਚਾਰ ਚੀਜ਼ਾਂ ਹੀ ਹੋਣ ਵੀ ਇਹ ਚੀਜ਼ਾਂ ਮੈਂ ਨਹੀਂ ਖਾਣੀਆਂ, ਜਿਹੜੀਆਂ ਤੁਹਾਡੀ ਹਾਈ ਅਲਰਜੀਸ ਆਉਂਦੀਆਂ ਉਹ ਨਹੀਂ ਖਾਓ, ਬਾਕੀ ਜਿਹੜੀ ਕੁਛ ਕੁਛ ਵਿੱਚ ਵਿੱਚ ਕਦੀ ਕਦੀ ਖਾ ਲਓ, ਕੋਈ ਨਹੀਂ, ਪਰ ਉਹਦੇ ਨਾਲ ਹੀ ਕੁਛ ਹੋਰ ਚੀਜ਼ਾਂ ਹੈ ਕਿ ਜਿਹਦੇ ਪ੍ਰੋਟੀਨ ਰਿਚ ਖਾਣੀ ਚਾਹੀਦੀ ਹੈ ਖਾਣਾ, ਔਰ ਕੁਛ ਦੇਰ ਤੁਸੀਂ ਫਾਸਟਿੰਗ ਜਿੰਨੀ ਹੋ ਸਕਦੀ ਹੈ ਫਾਸਟਿੰਗ ਕਰ ਲਓ, ਔਰ ਪਾਣੀ ਜ਼ਿਆਦਾ ਪੀ ਲਓ, ਔਰ ਫਿਰ ਇੱਕ ਹੋਰ ਜਿਹੜੀ ਇੰਪੋਰਟੈਂਟ ਐਕਟੀਵਿਟੀ ਵਧਾਓ ਥੋੜ੍ਹੀ ਜਿਹੀ, ਰਨਿੰਗ ਜੋਗਿੰਗ। ਤਾਂ ਡਰ ਲੱਗਦਾ ਉਹ ਜਨਾਨੀ ਇੱਕ ਪਾਣੀ ਪੀ ਕੇ ਮਰ ਗਈ ਜ਼ਿਆਦਾ, ਪਤਾ ਨਹੀਂ, ਇੰਨਾ ਜ਼ਿਆਦਾ ਪਾਣੀ ਨਾ ਪੀਓ। ਨਹੀਂ ਨਹੀਂ, ਜਿਹੜੀ ਗਈ ਸੀ ਬੀਚ ਦੇ ਉੱਤੇ, ਨਹੀਂ ਨਹੀਂ ਗਲਤ ਗੱਲ ਹੈ, ਇੰਨਾ ਵੀ ਨਹੀਂ ਪਾਣੀ ਪੀਓ। ਮੈਂ ਕਹਿੰਦੇ ਕਿ 4-4 ਲੀਟਰ ਪਾਣੀ ਪੀਂਦੇ ਨੇ, ਨਹੀਂ ਦੇਖੋ ਗਰਮੀਆਂ ਨੇ ਹੁਣ ਡੀਹਾਈਡਰੇਸ਼ਨ ਜ਼ਿਆਦਾ ਹੋ ਜਾਂਦੀ ਹੈ, 6-7 ਗਲਾਸ ਪਾਣੀ ਪੀਓ, ਇਸ ਤੋਂ ਜ਼ਿਆਦਾ ਵੀ ਨਾ ਪੀਓ, ਲਗਾਤਾਰ ਨਾ ਪੀਓ, ਬਿਲਕੁਲ ਛੱਡ ਕੇ, ਨੋ ਨੋ। ਤੇ ਡਾਕਟਰ ਸਾਹਿਬ ਹੁਣ ਆਪਣਾ ਟਾਈਮ ਹੋ ਗਿਆ, ਤੇ ਜੇਕਰ ਤੁਸੀਂ ਹੁਣ ਤੱਕ ਟੈਸਟ ਨਹੀਂ ਕਰਾਏ, ਟੈਸਟ ਜਿਹੜਾ ਤੁਹਾਡਾ ਥੁੱਕ ਤੋਂ ਵੀ ਹੋ ਜਾਂਦਾ, ਤੁਸੀਂ ਵਾਲ ਆਪਣੇ ਭੇਜ ਸਕਦੇ ਹੋ, ਕਿਤੇ ਬਾਹਰਲੇ ਏਰੀਏ 'ਚ ਰਹਿੰਦੇ ਹੋ, ਵਾਲਾਂ ਤੋਂ ਵੀ ਟੈਸਟ ਹੋ ਜਾਂਦਾ, ਉਹਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਕਿ ਆਹ ਚੀਜ਼ਾਂ ਮੈਨੂੰ ਐਲਰਜੀ ਕਰਦੀਆਂ, ਮੈਨੂੰ ਬਲੋਟਿੰਗ ਕਰਦੀਆਂ, ਜੇ ਜ਼ਿਆਦਾ ਕਰਦੀਆਂ ਤਾਂ ਥੋੜ੍ਹੇ ਦਿਨਾਂ ਲਈ ਉਹਨੂੰ ਛੱਡ ਦਿੰਦੇ ਹੋ ਤੁਸੀਂ, ਤਾਂ ਠੀਕ ਹੋ ਜਾਂਦੇ ਆ। ਦੂਸਰੀ ਗੱਲ ਹੈ ਕਿ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸੈਮੀਨਾਰ ਜਿਹੜਾ ਹੈ ਸਰੀ ਵਿੱਚ ਕਰਨਾ, ਸ਼ੁਰੂ ਕਰਨਾ, ਕਿਉਂਕਿ ਅਸੀਂ ਕੈਲੀਫੋਰਨੀਆ ਸੈਮੀਨਾਰ ਕੀਤੇ, ਕਿਲੋਨਾ 'ਚ ਕੀਤੇ ਸੈਮੀਨਾਰ, ਓਸਿਸ ਵਗੈਰਾ, ਅਤੇ ਹੁਣ ਅਸੀਂ ਸੈਮੀਨਾਰ ਜਾਂ ਸਰੀ ਕਰਦੇ ਪਏ ਹਾਂ, ਜਿਹੜਾ ਕਿ ਬਹੁਤ ਜਲਦੀ ਕਰਨਾ ਸੀ, ਸਪਟੰਬਰ ਦੇ ਫਸਟ ਵੀਕ, ਅਤੇ ਜਿਹੜੇ ਕੋਈ ਅਟੈਂਡ ਕਰਨਾ ਚਾਹੁੰਦੇ ਜ਼ਰੂਰ ਕਾਲ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣ। ਠੀਕ ਹੈ ਜੀ, ਸੋ ਹੁਣ ਇਜਾਜ਼ਤ ਦਿਓ ਕਿਉਂਕਿ ਟਾਈਮ ਹੋ ਗਿਆ, ਅਗਲੀ ਵੀਕ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।